ਹਾਂਜੀ ਰੈਡੀ ਸਟਾਰਟ ਦੇਸ਼ ਸੇਵਾ ਉੱਤਮ ਅਤੀ ਸਵੱਛ ਸੇਵਾ ਹੈ ਡੈਂਡੀ ਸੱਚੇ ਸੋਚੇ ਦੇਸ਼ ਸੇਵਕ ਉੱਤੇ ਰੱਬੀ ਬਖਸ਼ਿਸ਼ ਹੁੰਦੀ ਹੈ ਡੈਂਡੀ ਉਹ ਸਵਾਰਥੀ ਨਹੀਂ ਹੁੰਦਾ ਅਤੇ ਨਾ ਹੀ ਕੋਈ ਪੈ ਉਸ ਨੂੰ ਡਲਾ ਸਕਦਾ ਹੈ ਡੈਂਡੀ ਉਹਨਾਂ ਸ਼ਾਸਨ ਅਤੇ ਸਾਵਧਾਨੀ ਉਸ ਦੇ ਸੁਭਾਅ ਦਾ ਮੁੱਖ ਅੰਗ ਮੰਨਿਆ ਜਾਂਦਾ ਹੈ ਡੈਂਡੀ ਸੁਤੰਤਰਤਾ ਅਤੇ ਸਹਿਯੋਗ ਵਿੱਚ ਉਸ ਦਾ ਪੂਰਾ ਵਿਸ਼ਵਾਸ ਹੁੰਦਾ ਹੈ ਡੈਂਡੀ ਸਾਹਿਤ ਅਤੇ ਸੰਸਕ੍ਰਿਤੀ ਤੋਂ ਹੌਸਲਾ ਲੈਂਦਾ ਹੈ ਅਤੇ ਕਿਸੇ ਨੁਕਸਾਨ ਉੱਤੇ ਉਸ ਨੂੰ ਕੋਈ ਅਫਸੋਸ ਨਹੀਂ ਹੁੰਦਾ ਡੈਂਡੀ ਦੇਸ਼ ਸੇਵਕ ਸੇਵਕ ਵੀ ਹੋ ਸਕਦਾ ਹੈ ਅਤੇ ਸ਼ਾਸਕ ਵੀ ਡੈਂਡੀ ਦੇਸ਼ ਦਾ ਸ਼ਾਸਕ ਹੁੰਦੇ ਹੋਏ ਉਸ ਦੀ ਕੋਸ਼ਿਸ਼ ਹੋਵੇਗੀ ਕਿ ਹਰ ਸਧਾਰਨ ਅਤੇ ਅਸਧਾਰਨ ਸਮੱਸਿਆ ਨੂੰ ਤਸੱਲੀ ਬਖਸ਼ ਨਜ਼ਰੀਏ ਤੋਂ ਨਜੇਠਿਆ ਜਾਵੇ ਡੈਂਡੀ ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਇਸ ਤੋਂ ਕੀ ਨਸੀਅਤ ਲੈਣੀ ਚਾਹੀਦੀ ਹੈ ਡੈਂਡੀ ਸੱਚ ਇਹ ਹੈ ਕਿ ਇਸ ਸੇਵਾ ਸਾਦਕਾ ਹੀ ਸੰਸਾਰ ਵਿੱਚ ਸਚਾਈ ਦੀ ਸਫਲਤਾ ਦਾ ਸਵੇਰਾ ਹੁੰਦਾ ਹੈ ਡੈਂਡੀ "Stop,"